ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਇੱਕ ਦੁਖਦ ਸਮਾਚਾਰ ਮਿਲਿਆ ਹੈ ਕਿ ਕਾਬਲ ਅਫਗਾਨਿਸਤਾਨ ਵਿਖੇ ਸ਼ੋਰ ਬਾਜ਼ਾਰ ਦੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸਵੇਰੇ 9:15 ਵਜੇ ਦੇ ਲਗਭਗ ਇੱਕ ਸੂਸਾਈਡ ਬੰਬਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਇਆ ਔਰ ਉੱਥੇ ਕਾਫੀ ਨੁਕਸਾਨ ਜਿਹੜਾ ਹੋਇਆ। ਬਾਕੀ ਇਸ ਦੇ ਇਲਾਵਾ ਅਜੇ ਹੋਰ ਕੋਈ ਖਬਰ ਨਹੀਂ ਆਈ ਕਿ ਜਾਨੀ ਔਰ ਮਾਲੀ ਨੁਕਸਾਨ ਕਿਤਨਾ ਹੋਇਆ ਜਾਂ ਗੁਰੂ ਮਹਾਰਾਜ ਦੇ ਸਰੂਪ ਦਾ ਕੋਈ ਅਜੇ ਉਸਦਾ ਨਹੀਂ ਪਤਾ ਲੱਗ ਸਕਿਆ ਕਿ ਕੀ ਮਾਹੌਲ ਹੈ ਉੱਥੇ। ਇਸ ਲਈ ਸਾਰਿਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਔਰ ਇਸ ਵੇਲੇ ਭਾਰਤ ਵਰਸ਼ ਦੇ ਵਿੱਚ ਜਿਹੜਾ ਮਾਹੌਲ ਹੈ ਇਸ ਕੋਰੋਨਾ ਵਾਇਰਸ ਦੀ ਕਰਕੇ ਇਸ ਨੂੰ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਮੋਦੀ ਜੀ ਨੇ ਜਿਹੜੀ ਅਪੀਲ ਕੀਤੀ ਹੈ ਉਸ ਅਪੀਲ ਦੇ ਉੱਤੇ ਅਮਲ ਕਰਨਾ ਵੀ ਹੈ ਔਰ ਆਪਣੇ ਕੌਮ ਦੇ ਉੱਤੇ ਆਈ ਕੋਈ ਆਫਤਾ ਜਿਹੜੀ ਹੈ ਉਸ ਦੇ ਬਾਰੇ ਵੀ ਬੜੇ ਸੰਯਮ ਨਾਲ ਅਮਨ ਬਣਾਉਂਦਿਆਂ ਹੋਇਆਂ ਔਰ ਆਪਣੇ ਭਾਰਤ ਵਰਸ਼ ਦੇ ਮਾਹੌਲ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੀ ਸੋਚ ਵਿਚਾਰ ਜਾਰੀ ਰੱਖਣੀ ਹੈ ਔਰ ਆਓ ਅਸੀਂ ਸਾਰੇ ਰਲ ਮਿਲ ਕੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਨੂੰ ਅਤੇ ਫਾਰਨ ਮਿਨਿਸਟਰ ਆਫ ਇੰਡੀਆ ਨੂੰ ਇਹ ਅਪੀਲ ਕਰੀਏ ਕਿ ਉਹ ਆਪਣੇ ਗੁੱਡ ਆਫਿਸਿਸ ਇਸਤੇਮਾਲ ਕਰਨ ਔਰ ਅਫਗਾਨਿਸਤਾਨ ਦੀ ਸਰਕਾਰ ਦੇ ਨਾਲ ਸੰਪਰਕ ਕਰਕੇ ਸਾਨੂੰ ਫੌਰਨ ਸਿੱਖ ਸੰਗਤਾਂ ਨੂੰ ਅਵਗਤ ਕਰਵਾਇਆ ਜਾਏ ਕਿ ਉੱਥੇ ਉਹ ਨੁਕਸਾਨ ਕਿਸ ਕਿਸਮ ਦਾ ਹੋਇਆ ਔਰ ਅਗਰ ਉੱਥੇ ਕੋਈ ਜ਼ਖਮੀ ਨੇ ਜਾਂ ਕੋਈ ਮ੍ਰਿਤਕ ਨੇ ਤੇ ਉਨ੍ਹਾਂ ਦੇ ਬਾਰੇ ਦੇ ਵਿੱਚ ਜਿਹੜਾ ਦੂਤਾਵਾਸ ਹੈ ਭਾਰਤ ਵਰਸ਼ ਦਾ ਉਹ ਫੌਰਨ ਇੰਟਰਵੀਨ ਕਰੇ, ਟੇਕ ਓਵਰ ਕਰੇ ਔਰ ਉੱਥੇ ਰਾਹਤ ਜੋ ਵੀ ਜਿਸ ਤਰ੍ਹਾਂ ਦੀ ਹੋ ਸਕਦੀ ਹੈ ਉਹ ਸਿੱਖ ਕੌਮ ਦੇ ਜਿਹੜੇ ਵਸਨੀਕ ਨੇ ਉੱਥੇ ਉਨ੍ਹਾਂ ਨੂੰ ਪਹੁੰਚਾਈ ਜਾ ਸਕੇ। ਸਤਰਕ ਰਹਿਣ ਦੀ ਲੋੜ ਹੈ ਔਰ ਸ਼ਾਂਤ ਰਹਿਣ ਦੀ ਲੋੜ ਹੈ ਔਰ ਪ੍ਰਾਈਮ ਮਿਨਿਸਟਰ ਦੀ ਦੱਸੇ ਹੋਏ ਜਿਹੜੇ 3 ਹਫ਼ਤੇ ਦਾ ਲਾਕਡਾਊਨ ਹੈ ਉਸਦੇ ਉੱਪਰ ਹਰ ਤਰ੍ਹਾਂ ਨਾਲ ਹਰ ਸ਼ਹਿਰੀ ਹਰ ਬਸ਼ਰ ਇਸ ਭਾਰਤ ਵਰਸ਼ ਦਾ ਉਸਦੇ ਉੱਪਰ ਅਮਲ ਕਰੇ। ਬਹੁਤ ਬਹੁਤ ਧੰਨਵਾਦ।